ਦਸਨ ਹੁਣ ਮਰੇ ਆ ਦਸਨ ਹੁਣ ਨਾ ਮਾਰੀ ਉਹ ਹੁਣ ਨਾ ਮਾਰੀ ਆ ਬਸ ਹੁਣ ਨਾ ਮਾਰੀ ਹੁਣ ਨਾ ਮਾਰੀ ਹੁਣ ਨਾ ਮਾਰੀ ਚਲੋ ਚਲ ਅੱਜ ਮੀਟਿੰਗ 13 ਅਪ੍ਰੈਲ 2024 ਨੂੰ ਸਾਡੇ ਇਤਲਾਹ ਮਿਲੇ ਕਿ ਇੱਕ ਨਾਮ ਮਲੂਮ ਵਿਅਕਤੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਛਾਉਣੀ ਮੁਹੱਲਾ ਵਿੱਚ ਵੜਿਆ ਹੈਗਾ ਅੰਦਰ ਵੜ ਕੇ ਜਿੱਥੇ ਮਹਾਰਾਜ ਜੀ ਦਾ ਸਵਰੂਪ ਸੀਗਾ ਉਹਨੇ ਵਸਤਰ ਖਿੱਚ ਕੇ ਮਹਾਰਾਜ ਜੀ ਦੇ ਸਵਰੂਪ ਨੂੰ ਥੱਲੇ ਸਿੱਟਤਾ ਅਤੇ ਉਸ ਤੋਂ ਪਹਿਲਾਂ ਕਿ ਉਹ ਹੋਰ ਕੋਈ ਹਰਕਤ ਕਰ ਪਾਉਂਦਾ ਸੰਗਤ ਨੇ ਉਹਨੂੰ ਕਾਬੂ ਕੀਤਾ ਅਤੇ ਸਾਨੂੰ ਇਤਲਾਹ ਦਿੱਤੀ ਇਤਲਾਹ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 4 ਦੀ ਫੋਰਸ ਉੱਥੇ ਮੌਕੇ 'ਤੇ ਪਹੁੰਚੀ ਅਤੇ ਨਾਮਲੂਮ ਵਿਅਕਤੀ ਨੂੰ ਕਾਬੂ ਕੀਤਾ ਇਨ ਤੱਥਾਂ ਦੇ ਆਧਾਰ 'ਤੇ ਅਸੀਂ FIR ਨੰਬਰ 15/24 ਅੰਡਰ ਸੈਕਸ਼ਨ 295A ਆਫ IPC ਅਸੀਂ ਦਰਜ ਕੀਤੀ ਹੈਗੀ ਅਤੇ ਇਸ ਵਿਅਕਤੀ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਸ ਨਾਮਲੂਮ ਵਿਅਕਤੀ ਨੂੰ ਹੁਣ ਤੱਕ ਆਪਾਂ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਜਦੋਂ ਵੀ ਕੋਈ ਨਵੀਂ ਗੱਲ ਸਾਹਮਣੇ ਆਉਂਦੀ ਹੈ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ ਦਸ ਦਿਨ ਹੁਣ ਮਰੇ ਆ ਦਸ ਦਿਨ ਹੁਣ ਨਾ ਮਾਰੀ ਉਹ ਨਾ ਮਾਰੀ ਆ ਬਸ ਉਹ ਨਾ ਮਾਰੀ ਹੁਣ ਨਾ ਮਾਰੀ ਹੁਣ ਨਾ ਮਾਰੀ ਚਲੋ ਚਲ ਅੱਜ ਮੀਟਿੰਗ 13 ਅਪ੍ਰੈਲ 2024 ਨੂੰ ਸਾਨੂੰ ਇਤਲਾਹ ਮਿਲੀ ਕਿ ਇੱਕ ਨਾਮਲੂਮ ਵਿਅਕਤੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਛਾਉਣੀ ਮੁਹੱਲਾ ਵਿੱਚ ਵੜਿਆ ਹੈਗਾ ਅੰਦਰ ਵੜ ਕੇ ਜਿੱਥੇ ਮਹਾਰਾਜ ਜੀ ਦਾ ਸਵਰੂਪ ਸੀਗਾ ਉਹਨੇ ਵਸਤਰ ਖਿੱਚ ਕੇ ਮਹਾਰਾਜ ਜੀ ਦੇ ਸਵਰੂਪ ਨੂੰ ਥੱਲੇ ਸਿੱਟਤਾ ਅਤੇ ਉਸ ਤੋਂ ਪਹਿਲਾਂ ਕਿ ਉਹ ਹੋਰ ਕੋਈ ਹਰਕਤ ਕਰ ਪਾਉਂਦਾ ਸੰਗਤ ਨੇ ਉਹਨੂੰ ਕਾਬੂ ਕੀਤਾ ਅਤੇ ਸਾਨੂੰ ਇਤਲਾਹ ਦਿੱਤੀ ਇਤਲਾਹ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 4 ਦੀ ਫੋਰਸ ਉੱਥੇ ਮੌਕੇ 'ਤੇ ਪਹੁੰਚੀ ਅਤੇ ਨਾਮਲੂਮ ਵਿਅਕਤੀ ਨੂੰ ਕਾਬੂ ਕੀਤਾ ਇਨ ਤੱਥਾਂ ਦੇ ਆਧਾਰ 'ਤੇ ਅਸੀਂ FIR ਨੰਬਰ 15/24 ਅੰਡਰ ਸੈਕਸ਼ਨ 295A ਆਫ IPC ਅਸੀਂ ਦਰਜ ਕੀਤੀ ਹੈਗੀ ਅਤੇ ਇਸ ਵਿਅਕਤੀ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਸ ਨਾਮਲੂਮ ਵਿਅਕਤੀ ਨੂੰ ਹੁਣ ਤੱਕ ਆਪਾਂ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਜਦੋਂ ਵੀ ਕੋਈ ਨਵੀਂ ਗੱਲ ਸਾਹਮਣੇ ਆਉਂਦੀ ਹੈ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ।